ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਦੀ ਪੁਲਿਸ ਚੌਂਕੀ ਲਸਾੜਾ ਦੇ ਅਧੀਨ ਆਉਂਦੇ ਪਿੰਡ ਬੰਸੀਆਂ ਢੱਕ ਵਿਖੇ ਕੁਝ ਅਣਪਛਾਤੇ ਚੋਰ ਰਾਤ ਦੇ ਸਮੇਂ ਦੀਵਾਰ 'ਚ ਸੰਨ ਲਾ ਕੇ ਸ਼ਰਾਬ ਦੀਆਂ ਪੇਟੀਆਂ ਚੋਰੀ ਕਰਕੇ ਲੈ ਗਏ। ਠੇਕੇਦਾਰ ਦੇ ਸਹਾਇਕ ਸਤਪਾਲ ਰਾਣਾ ਨੇ ਦੱਸਿਆ ਕਿ ਉਹਨਾਂ ਦੇ ਕਰਿੰਦੇ 11 ਵਜੇ ਠੇਕਾ ਬੰਦ ਕਰਕੇ ਠੇਕੇ ਦੇ ਨਾਲ ਲੱਗਦੇ ਸੰਧੂ ਪੈਲਸ 'ਚ ਸੌਣ ਚਲੇ ਗਏ। ਜਦੋਂ ਉਹਨਾਂ ਨੇ ਸਵੇਰੇ ਆ ਕੇ ਦੇਖਿਆ ਤਾਂ ਠੇਕੇ ਦੀ ਇੱਕ ਕੰਧ ਪਾੜੀ ਹੋਈ ਸੀ ਤੇ ਅੰਦਰੋਂ ਲਗਭਗ 13 ਪੇਟੀਆਂ ਮਹਿੰਗੀ ਸ਼ਰਾਬ ਵੱਖ-ਵੱਖ ਬ੍ਰਾਂਡਾਂ ਦੀ ਚੋਰੀ ਹੋ ਚੁੱਕੀ ਸੀ। ਗੌਰ ਕਰਨ ਯੋਗ ਗੱਲ ਇਹ ਹੈ ਕਿ ਪਿਛਲੇ ਸਾਲ ਵੀ ਇਸੇ ਠੇਕੇ ਤੋਂ ਸ਼ਰਾਬ ਚੋਰੀ ਹੋ ਗਈ ਸੀ। ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਾਂਜੀ ਭਾਅ ਜੀ, ਸਾਡਾ ਠੇਕਾ ਪਿੰਡ ਬੈਂਸੀਆਂ ਤੇ ਨਵਾਂ ਸ਼ਹਿਰ ਰੋਡ ਹੈ, ਨਜ਼ਦੀਕ ਸੰਧੂ ਪੈਲਸ ਆ। ਕਰਿੰਦੇ 11 ਵਜੇ ਬੰਦ ਕਰਕੇ ਚੱਲ ਗਿਆ ਸੌਣ ਸੰਧੂ ਪੈਲਸ ਦੇ ਵਿੱਚ। ਜਦ ਸਵੇਰੇ ਉਹਨੇ ਆ ਕੇ ਦੇਖਿਆ ਤੇ ਉਹਨੇ ਦੇਖਿਆ ਕੀ ਆ, ਉਹਨਾਂ ਦੀ ਕੰਧ ਪਾੜੀ ਹੋਈ ਸੀ ਤੇ ਜਿਹੜੀ ਮਹਿੰਗੀ ਬ੍ਰਾਂਡ ਆ ਸ਼ਰਾਬ ਉਹ ਸਾਰੀ ਦੀ ਸਾਰੀ ਚੱਕੀ ਗਈ ਆ, 13 ਪੇਟੀਆਂ। ਠੀਕ ਆ ਜੀ, ਇਹ ਰੋਡ ਜਿਹੜਾ ਜਾ ਰਿਹਾ ਫਲੋਰ ਤੋਂ ਨਵਾਂ ਸ਼ਹਿਰ। ਹਾਂਜੀ, ਤਕਰੀਬਨ ਕਿੰਨੇ ਕੁ ਦੀ ਦਾਰੂ ਸੀ ਇਹ? ਤਕਰੀਬਨ ਕਿੰਨੇ ਦੀ ਦਾਰੂ ਆ? 1.5 ਲੱਖ ਦੀ ਦਾਰੂ ਬਣਦੀ ਆ ਜੀ ਇਹ। ਠੀਕ ਆ ਜੀ, ਤੁਸੀਂ ਹੁਣ ਜਿਹੜਾ ਆ ਪੁਲਿਸ ਨੂੰ ਕੀ ਸੂਚਿਤ ਕਰ ਦਿੱਤਾ ਇਹਦੇ ਬਾਰੇ? ਹਾਂਜੀ, ਪੁਲਿਸ ਨੂੰ ਸੂਚਿਤ ਕਰ ਦਿੱਤਾ ਆ, ਸਾਡੀ ਸੁਣਵਾਈ ਕੀਤੀ ਜਾਵੇ। ਠੀਕ ਆ ਜੀ, ਇਹ ਪਤਾ ਲੱਗਾ ਕਿ ਪਿਛਲੇ ਸਾਲ ਵੀ ਚੋਰੀ ਹੋਈ ਸੀ? ਹਾਂਜੀ, 3 ਵਾਰੀ ਚੋਰੀ ਹੋ ਚੁੱਕੀ ਆ ਜੀ ਇੱਥੇ। ਉਹਦੀ ਕੋਈ ਸੁਣਵਾਈ ਪੁਲਿਸ ਨੇ ਸੁਣਵਾਈ ਨਹੀਂ ਕੀਤੀ, ਕੋਈ ਸੁਣਵਾਈ ਹੋਈ ਨਹੀਂ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਸਾਡੀ ਸੁਣਵਾਈ ਹੋਈ ਜਾਵੇ, ਬੰਦੇ ਫੜੇ ਜਾਣ ਜਿਹੜੇ ਬਾਰ ਬਾਰ ਚੋਰੀਆਂ ਕਰਦੇ ਆ। ਸੀਵਨ ਨਿਊਜ਼ ਦੇ ਲਈ ਅਪੜਾ ਤੋਂ ਬੂਟਾ ਸਿੰਘ ਢੀਂਡਸਾ ਦੀ ਰਿਪੋਰਟ।